ਕਿਹੜਾ ਪਿੰਡ ਸਾਡਾ? ਨੌ ਜੀ ਪਿੰਡ ਹੈ ਜੀ। ਇਸ ਟਾਈਮ ਆਪਾਂ ਨੌ ਜੀ ਖੜੇ ਹਾਂ। ਇਹ ਭਾਈ ਸਾਹਿਬ ਦੁੱਧ ਦਾ ਕੰਮ ਕਰਦੇ ਨੇ ਜੀ। ਇਹ ਭਾਈ ਸਾਹਿਬ ਨੂੰ ਅੱਜ ਦੁੱਧ ਨਹੀਂ ਮਿਲਿਆ। ਭਾਜੀ ਕੀ ਕਾਰਨ ਦੱਸ ਰਹੇ ਨੇ ਲੋਕ ਦੁੱਧ ਨਹੀਂ ਮਿਲਿਆ? ਭਾਜੀ ਲੋਕ ਕਹਿੰਦੇ ਵੀ 100 ਰੁਪਏ ਕਿਲੋ ਦੁੱਧ ਮਿਲੇਗਾ ਪਿੰਡ ਦੇ ਵਿੱਚੋਂ। ਤੁਹਾਨੂੰ ਕੀ ਲੱਗਦਾ, ਤੁਹਾਨੂੰ ਕਿੰਨਾ ਟਾਈਮ ਹੋ ਗਿਆ ਦੁੱਧ ਦਾ ਕੰਮ ਕਰਦੇ? 17 ਸਾਲ ਹੋ ਗਏ। 17 ਸਾਲ ਹੋ ਗਏ ਵੀ ਜੋ ਦੁੱਧ ਦਾ ਰੇਟ ਪਿੰਡ ਵਾਲਿਆਂ ਨੂੰ ਮਿਲ ਰਿਹਾ ਵਾਜਿਬ ਹੈ ਜਾਂ ਜੋ ਹੁਣ ਮੰਗ ਰਹੇ ਉਹ ਵਾਜਿਬ ਹੈ? ਇਹਨਾਂ ਨੂੰ ਕੁਛ ਨੀ ਬਚਦਾ ਗੋਏ ਤੋਂ ਸਵਾ। ਠੀਕ ਹੈ ਜੀ, ਜਿਸ ਤਰ੍ਹਾਂ ਪੈਟਰੋਲ ਡੀਜ਼ਲ ਦੇ ਰੇਟ ਵੱਧ ਰਹੇ ਹੈ ਉਹ ਸਹੀ ਚੀਜ਼ ਹੈ, ਹੋਣਾ ਚਾਹੀਦਾ। ਅੱਜ ਤੁਹਾਨੂੰ ਕੱਲ ਹੀ ਜਵਾਬ ਦਿੱਤਾ ਸੀ ਪਿੰਡ ਵਾਲੇ ਜਾਂ ਹੁਣ ਦਿੱਤਾ ਜਵਾਬ ਵੀ ਕੱਲ ਦੁੱਧ ਨਹੀਂ ਮਿਲਣਾ? ਅੱਜ ਮਾਰਚ ਤੋਂ ਤੁਹਾਨੂੰ ਕੱਲ ਜਵਾਬ ਦਿੱਤਾ ਸੀ ਸਾਰੇ ਘਰਾਣੇ ਵੀ ਦੁੱਧ ਨਹੀਂ ਮਿਲਣਾ ਦਿੱਤਾ ਸੀਗਾ, ਮਤਲਬ ਅੱਜ ਤੁਹਾਨੂੰ ਦੁੱਧ ਨਹੀਂ ਮਿਲਿਆ। ਤੁਸੀਂ ਸਾਰਿਆਂ ਨੂੰ ਰਿਕੁਐਸਟ ਕੀਤੀ ਫਿਰ ਵੀ ਨਹੀਂ ਮਿਲਿਆ, ਟੈਂਕੀਆਂ ਖਾਲੀ ਨੇ ਬਿਲਕੁਲ। ਦਿਖਾਇਓ ਸਰ, ਦੇਖੋ ਸਾਹਿਬ ਟੈਂਕੀਆਂ ਬਿਲਕੁਲ ਖਾਲੀ ਨੇ ਭਾਜੀ, ਖਾਲੀ ਹੱਥ ਜਾ ਰਹੇ ਨੇ ਜੋ ਲੋਕਾਂ ਦੇ ਘਰਾਂ ਚ ਦੁੱਧ ਪਹੁੰਚਣਾ ਸੀ ਅੱਜ।